बोल दो भाई। मैं मतलब इस बच्चे की भूआ इहदा नाम है ताजवीर सिंह पंगू जिहड़ा कि सुबह 11 बजे तो गुरु रामदास चैरिटेबल हॉस्पिटल वल्ला इसके सामने असीं रहिंदे आ उत्थों लॉस्ट हो गया जिहड़ा कि मिल नहीं रहा असीं रैगूलर इहदी रिपोर्ट्स वगैरह थाने विच दे चुके हाँ बट फिर भी सानू मिल नहीं रहा। जिस भी किसी ने इन्हू देखा हो प्लीज़ सानू जल्दी तो जल्दी इनफॉर्म करे प्लीज़ इहदे बारे दे विच। सत श्री अकाल जी सारयां नू, वीडियो आई जी देखण तो पहला शेयर जरूर कर दिओ। मैनू इह तां नहीं पता कि तुहाडा नुकसान तां वीडियो शेयर करन नाल कुछ नहीं होना पर फायदा बहुत हो जूगा। आ जिहड़ा तुसीं बच्चा देख रहे हो 15 साल इहदी उम्र आ और 22 शाम दा अज सवेर दा 11 बजे तो घर मिल नहीं रहा, घरों गया सीगा और वापस नहीं आया। तो तुहाडा इक शेयर कीता है अमृतसर दे, कित्थों दे रहण वाले पैणे? असीं अमृतसर ਵੱਲਾ ਦੇ ਰਹਿਣ ਵਾਲੇ ਆ ਤੇ ਕਿੰਨੀ 15 ਸਾਲ ਉਮਰ ਸੀ ਜੀ? 15 ਸਾਲ ਹੈ ਜੀ ਦੀ। ਕੱਪੜੇ ਕਿਹੜੇ ਪਾਏ ਸੀ ਜਦੋਂ ਗਿਆ? ਹਾਂਜੀ ਨਹੀਂ ਬਲੈਕ ਪਰਨਾ ਬਣਿਆ ਹੋਇਆ ਵਾ ਔਰ ਸੀ ਗ੍ਰੀਨ ਕਲਰ ਦੀ ਬਿਲਕੁਲ ਲਾਈਟ ਕਲਰ ਦੀ ਟੀ-ਸ਼ਰਟ ਪਹਿਨੀ ਹੋਈ ਆ। ਅੱਛਾ ਜੀ, ਤੇ ਕੋਈ ਕਾਰਨ ਪਤਾ ਗਿਆ ਕਿਉਂ ਆ? ਕਾਰਨ ਤਾਂ ਕੋਈ ਨਹੀਂ, ਬਸ ਉਹਦੇ ਰਿਜ਼ਲਟ ਅਨਾਉਂਸ ਹੋਏ ਸੀਗੇ ਅੱਜ ਅਸੀਂ ਉਹ ਕਲੈਕਟ ਕਰਨ ਜਾਣਾ ਸੀਗਾ। ਸਾਡੀ ਸ਼ਾਪ ਆ ਉੱਥੇ ਬਿਲਕੁਲ ਗੁਰੂ ਰਾਮਦਾਸ ਹਸਪੀਟਲ ਦੇ ਆਪੋਜ਼ਿਟ ਇਹ ਕਿਹਾ ਹੋਇਆ ਸੀਗਾ। ਉੱਥੇ ਦਾਦਾ ਆਪਣੇ ਕੋਲ ਗਿਆ ਸੀ, ਕਹਿ ਰਿਹਾ ਸੀ ਕਿ ਮੈਂ ਭੂਈ ਦੇ ਨਾਲ ਰਿਜ਼ਲਟ ਲੈਣ ਜਾਣੇ ਨੇ ਉੱਥੋਂ। ਬਸ ਉਹਨੇ 50 ਰੁਪੀਜ਼ ਹੀ ਲਏ ਆਪਣੇ ਦਾਦੂ ਕੋਲੋਂ, ਘਰੇ ਵਾਪਸ ਹੀ ਨਹੀਂ ਆਇਆ। ਉਹ ਕਹਿੰਦੇ ਇੱਥੋਂ ਚਲਾ ਗਿਆ, ਅਸੀਂ ਉਦੋਂ ਤੋਂ ਲੱਭਣਾ ਸ਼ੁਰੂ ਕਰ ਦਿੱਤਾ ਪਰ ਸਾਨੂੰ ਲੱਭਾ ਨਹੀਂ ਮਿਲਿਆ ਨਹੀਂ ਗਾ। ਹੈਨਾ, ਮੇਰੀ ਬੇਨਤੀ ਅੰਮ੍ਰਿਤਸਰ ਦੇ ਹਰ ਇੱਕ ਭੈਣ ਭਰਾ ਨੂੰ ਕਿ ਬਾਈ ਵੀਡੀਓ ਸ਼ੇਅਰ ਕਰਕੇ ਜ਼ਰੂਰ ਉਹਨਾਂ ਭੈਣ ਭਰਾ ਹਰ ਇੱਕ ਭੈਣ ਭਰਾ ਤੱਕ ਪਹੁੰਚਾਓ। ਔਰ ਜੇ ਬੱਚਾ ਤੁਹਾਨੂੰ ਕਿਤੇ ਵੀ ਮਿਲਦਾ ਤਾਂ ਮੈਂ ਆਪਣਾ ਪਰਸਨਲ ਨੰਬਰ ਬੋਲ ਦਿੰਦਾ 9988656150 9886651 ਨੰਬਰ 'ਤੇ, ਇਸ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਆ। ਜੇ ਵੀਰੇ ਦਾ ਕੋਈ ਕਾਰਨ ਆ, ਰਿਜ਼ਲਟ ਬਾਈ ਨੂੰ ਲੱਗਦਾ ਸੀ ਕਿ ਸ਼ਾਇਦ ਥੱਲੇ ਨਾ ਆਏ, ਪਤਾ ਨਹੀਂ ਕੀ ਕਾਰਨ ਹੋਊਗਾ, ਪਰ ਮੈਂ ਬਾਈ ਨੂੰ ਇੱਕ ਮੈਂ ਬੇਨਤੀ ਜ਼ਰੂਰ ਕਰੂੰਗਾ ਵੀਰੇ ਪਰਿਵਾਰ ਨੂੰ ਮਿਲਣ ਤੋਂ ਪਹਿਲਾਂ ਇੱਕ ਵਾਰੀ ਅਸੀਂ ਤੂੰ ਮੈਨੂੰ ਕਾਲ ਕਰ ਲਈ ਔਰ ਮੈਨੂੰ ਆ ਕੇ ਜ਼ਰੂਰ ਮਿਲਣੀ। ਤੇਰੀ ਮਾਂ ਤੇਰੀ ਇਸ ਵਾਰ ਤੜਫ ਰਹੀ ਹੈ ਤੈਨੂੰ ਆਪਣੇ ਬੱਚੇ ਨੂੰ, ਇਹਦੇ ਮਾਤਾ ਕਿੱਥੇ ਆ ਹੁਣ? ਇਹਦੀ ਮਦਰ ਘਰ ਨੇ ਕਰਨੇ ਹਨਾ, ਉਹ ਵੀ ਉੱਥੇ ਲੱਭ ਰਹੇ ਸੀਗੇ, ਅਸੀਂ ਇੱਧਰ ਆ ਗਏ, ਸਾਨੂੰ ਡਾਊਟ ਸੀ ਇਹ ਹੋਰ ਕਿਤੇ ਨਹੀਂ ਜਾਂਦਾ, ਸਿਰਫ ਇੱਕ ਸ਼ਹੀਦਾਂ ਸਾਹਿਬ ਜਾਂਦਾ, ਦੂਸਰਾ ਇਹ ਹਰਿਮੰਦਰ ਸਾਹਿਬ ਹੀ ਆਉਂਦਾ, ਹੋਰ ਕਿਤੇ ਨਹੀਂ ਜਾਂਦਾ, ਹੋਰ ਕਿਸੇ ਜਗ੍ਹਾ ਦਾ ਨਹੀਂ।